पेट्रोल पंप लूट और दोहरे हत्याकांड का मुख्य आरोपी लखनदीप सिंह उर्फ वारिस रंधावा को जलंधर के बस अड्डे से गिरफ्तार कर लिया है। पंजाब पुलिस की काउंटर इंटेलिजेंस टीम और जलंधर पुलिस ने ज्वाइंट ऑपरेशन कर गिरफ्तार किया है। आरोपी पटियाला से अपने गांव डेरा बाबा नानक साहब जा रहा था, जिसकी सूचना पुलिस को मिली, जिसके बाद इसे जलंधर बस अड्डे से गिरफ्तार कर लिया है। ਉਸ ਦਿਨ ਪਟਿਆਲਾ ਬਾਦਲਾ ਰੋਡ 'ਤੇ ਐਚ ਪੀ ਪੈਟਰੋਲ ਪੰਪ 'ਤੇ ਦੋ ਵਿਅਕਤੀਆਂ ਨੂੰ ਗੋਲੀ ਮਾਰ ਦਿੱਤਾ ਸੀਗਾ। ਉਹਦੇ 'ਚ ਦੋ ਵਿਅਕਤੀ ਪਹਿਲਾਂ ਜਿਹੜੇ ਆ ਸਿਕੰਦਰ ਅਤੇ ਹਰਪ੍ਰੀਤ ਮੱਖਣ ਜਿਹੜੇ ਉੱਥੇ ਗ੍ਰਿਫਤਾਰ ਹੋਏ ਸੀ, ਤੀਸਰਾ ਦੌੜਿਆ ਹੋਇਆ ਸੀ ਜਿਹਨੂੰ ਬਹੁਤ ਹੀ ਸੱਜੇ ਢੰਗ ਨਾਲ ਟੀਮ ਨੇ ਮਦਦ ਕੀਤਾ। ਕਾਊਂਟਰ ਇੰਟੈਲੀਜੈਂਸ ਸ਼੍ਰੀ ਹਰਪ੍ਰੀਤ ਖੱਖ ਜਿਹੜੀ ਏ ਜੀ ਸਾਹਿਬ ਉਹਨਾਂ ਦੀ ਟੀਮ ਨੇ ਅਤੇ ਕਮਿਸ਼ਨਰ ਜਨਰਲ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਇਹਨੂੰ ਅੱਜ ਗ੍ਰਿਫਤਾਰ ਕਰਤਾ। ਇਹਦੇ ਕੋਲ ਵੈਪਨ ਵੀ ਬਰਾਮਦ ਕੀਤਾ ਗਿਆ ਜਿਹੜਾ ਉੱਥੇ ਵਾਰਦਾਤ ਵਰਤਿਆ ਸੀ। ਇਹਨੇ ਆਪਣੀ ਵਾਰਦਾਤ ਕੀਤੀ, ਵਾਰਦਾਤ ਨੂੰ ਕਬੂਲ ਕੀਤਾ। ਇਹਨੂੰ ਕੱਲ੍ਹ ਕੋਰਟ ਪੇਸ਼ ਕੀਤਾ ਜਾਊਗਾ। ਇਹਨਾਂ ਨੇ ਉੱਥੇ ਜਿਹੜੀ ਰਾਤ ਨੂੰ ਪੰਪ 'ਤੇ ਜਾ ਕੇ ਗੋਲੀਆਂ ਮਾਰ ਕੇ ਸ਼ਰਿਆ ਮਾਰ ਦਿੱਤਾ ਗਿਆ ਸੀ। ਉਹਦੀ ਟੈਕਨੀਕਲ ਤਰੀਕੇ ਨਾਲ ਇਹ ਇਨਵੈਸਟੀਗੇਸ਼ਨ ਚੱਲ ਰਹੀ ਸੀ, ਜਿਹਦੇ ਹਿੱਸੇ 'ਚ ਕੰਟੀਨਿਊਸ਼ਨ ਚਾਰਜ ਜਿਹੜਾ ਇਹ ਆਪਰੇਸ਼ਨ ਕੀਤਾ ਗਿਆ, ਇਹਨੂੰ ਗ੍ਰਿਫਤਾਰ ਕਰ ਲਿਆ। ਇਹਦੇ ਕੋਲ ਬੱਸ ਸਟੈਂਡ ਦੇ ਲਾਗੇ ਉਹਨੂੰ ਗ੍ਰਿਫਤਾਰ ਕੀਤਾ ਗਿਆ। ਇਹਦੇ ਕੋਲ 315 ਵੋਲਟ ਦਾ ਦੇਸੀ ਪਿਸਤੌਲ ਹੈ, ਜਿਹਦੇ 'ਚ ਉਹ ਇੱਕ ਜਿੰਦਾ ਰੌਂਗ ਵੀ ਨਾਲ ਮਿਲਿਆ। ਬਾਕੀ ਕਾਫੀ ਡੀਪਲੀ ਇਹਨੂੰ ਇਨਵੈਸਟੀਗੇਸ਼ਨ ਦੀ ਲੋੜ ਹੈ, ਉਹ ਕਰ ਰਹੇ ਹਾਂ। ਕੱਲ੍ਹ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਅਤੇ ਬਾਂਡ ਲੈ ਕੇ ਹੋਰ ਵੀ ਅੱਗੇ ਇਨਵੈਸਟੀਗੇਟ ਕਰਕੇ ਅਤੇ ਇਨਵੈਸਟੀਗੇਸ਼ਨ ਵੇਟ ਕੀਤੀ ਜਾਊਗੀ। ਪਿਛੋਕੜੇ ਦੇ ਫੈਮਿਲੀ ਜਿਹੜੇ ਇਹਦੇ ਫਾਦਰ ਹੈ, ਇਹ ਟਰੱਕ ਡਰਾਈਵਰ ਹੈਗੇ ਨੇ ਪਠਾਨਕੋਟ, ਇਹ ਵੀ ਵੱਖ ਵੱਖ ਕਿਸੇ ਦੇ ਕੰਮ ਕਰਦਾ ਕਰਦਾ ਫਿਰ ਆਪਣੇ ਤਾਏ ਦੀ ਫੈਮਿਲੀ ਨਾਲ ਉੱਥੇ ਚਲੇ ਗਿਆ ਪਟਿਆਲੇ। ਉੱਥੇ ਜਾ ਕੇ ਇਹਨਾਂ ਨੇ ਉਹਨਾਂ ਬੰਦਿਆਂ ਨਾਲ ਲਿੰਕ ਕੀਤੇ ਅਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਹਾਂ, ਪਤਾ ਕਰ ਰਹੇ, ਫਿਰ ਉਹਨਾਂ ਪਰਚੇ ਦਾ ਨਹੀਂ ਜਾਣਕਾਰੀ ਮਿਲੀ। ਫਿਰ ਡਿਊਰਿੰਗ ਇਨਵੈਸਟੀਗੇਸ਼ਨ ਵੀ ਵੈਰੀਫਾਈ ਕਰਾਂਗੇ ਕਿੰਨੇ ਪਰਚੇ ਦਰਜ ਆ, ਹੋਰ ਕਿਹੜੀ ਕਿਹੜੀ ਵਾਰਦਾਤਾਂ ਕੀਤੀਆਂ, ਕਿੱਥੇ ਕਿੱਥੇ ਇਹਨਾਂ ਦੇ ਸੰਬੰਧ ਰਹੇ ਔਰ ਕਿਹੜੇ ਕਿਹੜੇ ਇਹਨਾਂ ਨੇ ਲਿੰਕ 'ਚ ਰਹੇ ਆ, ਅਤੇ ਜਿਹਦੀ ਵੀ ਇਨਵੋਲਵਮੈਂਟ ਹੋਊਗੀ ਉਹਨੂੰ ਵੀ ਇਸੇ ਕੜੀ 'ਚ ਜਾਂਦਾ।